ਚਾ ਪਾਰ ਜਾਵਾਂਗੇ, ਅਸੀਂ ਉਹ ਨਹੀਂ ਜੋ ਹਾਰ ਜਾਵਾਂਗੇ। ਇਹਨੂੰ ਹਜ਼ਮ ਕਰ ਲਿਓ, ਬੜਾ ਔਖਾ ਕੰਮ ਹੋ ਸਕਦਾ ਹੈ, ਮੇਰੀ ਵੀ ਪੱਗ ਲਾ ਦੇਣ ਬਾਹਰ ਨਿਕਲ ਦੇ ਦੇ। ਸ਼ਾਇਦ ਕੱਲਾ ਵੀ ਮੈਂ ਇਸੇ ਕਰਕੇ, ਕਿਉਂਕਿ ਗੱਲਾਂ ਚੁਭਦੀਆਂ ਨੇ ਜਿਹੜੀ ਸਰਕਾਰ ਦੇ ਅਸੀਂ ਖਿਲਾਫ ਬੋਲ ਰਹੇ, ਉਹ ਲਾ ਐਂਡ ਆਰਡਰ ਦੇ ਖਿਲਾਫ ਨਹੀਂ ਜੇ ਬੋਲਦੇ। ਉਹ ਬੰਦੇ ਜੱਜ ਤੋਂ ਲੈ ਕੇ ਹੇਠਲੇ ਬੰਦੇ ਤੱਕ ਉਹ ਲਾ ਐਂਡ ਆਰਡਰ ਦੇ ਖਿਲਾਫ ਨਹੀਂ ਜਾਂਦੇ। ਜੋ ਬੋਲਣਾ ਬੋਲੀ, ਚਲੋ ਮੈਂ ਨਹੀਂ ਕਿਸੇ ਨੂੰ ਕਹਿੰਦਾ, ਪਰ ਜੇ ਗੁਰੂ ਗ੍ਰੰਥ ਸਾਹਿਬ ਹਜ਼ੂਰ ਨੇ ਨਾ, ਫਿਰ ਬਾਦਲਾਂ ਨੂੰ ਗਾਲਾਂ ਨਾ ਕੱਢੋ, ਉਹ ਵੀ ਉਹੀ ਕਰਦੇ ਨੇ, ਆਪਾਂ ਵੀ ਉਹੀ ਕਰ। ਆ ਗੁਰੂ ਦੀ ਸੰਗਤ ਚ ਮੈਂ ਖੜਾ, ਮੈਨੂੰ ਭਲਾ ਕੀ ਖਤਰਾ ਕਿ ਮੇਰੇ ਮਗਰ 20 ਬੰਦੂਕਾਂ ਲੈ ਕੇ ਖਲੋਣ। ਅੱਜ ਅਸੀਂ ਗੁਰੂ ਸਾਹਿਬ ਵੱਲ ਪਿੱਠ ਕਰਕੇ ਖਲੋਨੇ, ਧਰਮ ਦੀ ਖਾਤਰ ਦੂਜਿਆਂ ਨੂੰ ਡਾਂਗ ਫੇਰਨ ਦੀ ਗੱਲ ਜਣਾ ਖਣਾ ਕਰ ਸਕਦਾ ਹੈ, ਪਰ ਕਿਸੇ ਦੇ ਧਰਮ ਨੂੰ ਬਚਾਉਣ ਦੀ ਖਾਤਰ ਕੋਈ ਸਿਰ ਦੇ ਸਕਦਾ ਹੈ ਨਾ, ਉਹ ਤੁਸੀਂ ਤੇ ਤੁਹਾਡਾ ਬਾਪੂ ਤੇਗ ਬਹਾਦਰ ਸਾਹਿਬ ਦੇ ਸਕਦਾ। ਕਲਗੀ ਧਰ ਪਿਤਾ ਤੇ ਖਾਲਸਾ ਪੰਥ ਦੇ ਵਾਰਸੋ, ਸ਼ੇਰ ਤੇ ਕੁੱਤੇ ਚ ਫਰਕ ਹੁੰਦਾ ਹੈ। ਇੰਤੀ ਦੇ ਵਾਰਸ ਗੁਰੂ ਹਰਗੋਬਿੰਦ ਸਾਹਿਬ ਦਾ ਘਾ ਖੋਤਣ ਵਾਲਾ ਸਿੱਖ ਬੈਠਾ ਹੈ, ਇਹ ਦੋ ਬੈਠੇ ਹੋਏ ਨੇ, ਤੇ ਜਿਹੜੀ ਹਕੂਮਤ ਹੈ ਉਹ ਕਹਿ ਰਹੀ ਸੋਨੇ ਦੀਆਂ ਮੋਹਰਾਂ ਲੈ ਜਾਓ, ਆਪਣੇ ਗੁਰੂ ਨੂੰ ਮੱਥਾ ਟੇਕ ਲਓ, ਮੇਰੇ ਅੱਗੋਂ ਟੱਕਾ ਚੁੱਕ ਕੇ ਮੇਰੀ ਤੁਹੀਨ ਨਾ ਕਰੋ, ਤੇ ਤੁਹਾਡੀ ਪਾਤਸ਼ਾਹੀ ਨੇ ਜਵਾਬ ਦਿੱਤਾ, ਸੁਣ ਪਾਤਸ਼ਾਹ, ਮੈਂ ਹਰਗੋਬਿੰਦ ਸਾਹਿਬ ਜੀ ਦੀ ਸਿੱਖ ਨੀਤੀ ਦਾ ਵਾਰਸ ਹਾਂ, ਪਾਤਸ਼ਾਹ ਦਾ ਪੁੱਤਰ ਹਾਂ, ਬਾਹਰੋਂ ਵੇਖਣ ਨੂੰ ਮੈਂ ਘਾ ਖੋਤਦਾ ਸਿੱਖ ਨਜ਼ਰ ਆਉਣਾ ਹੈ, ਪਰ ਦੇਖ ਮੇਰੀ ਅਮੀਰੀ, ਤੂੰ ਸੋਨੇ ਦੀਆਂ ਮੋਹਰਾਂ ਤਾਂ ਕੀ, ਹਿੰਦੁਸਤਾਨ ਦਾ ਰਾਜ ਵੀ ਮੇਰੇ ਕਦਮਾਂ 'ਚ ਰੱਖ ਦੇ, ਇਹ ਸਿੱਖ ਦੇ ਟਕੇ ਦੀ ਬਰਾਬਰੀ ਨਹੀਂ ਕਰ ਸਕਦਾ। ਅਮੀਰ ਗੁਰੂ ਦੇ ਅਮੀਰ ਸਿੱਖੋ, ਅੱਜ ਤੁਹਾਡੀ ਸੋਚ ਨੂੰ ਕੀ ਹੋ ਗਿਆ, ਤੁਸੀਂ ਤੇ ਕਦੇ ਖਿੰਡਦੇ ਨਹੀਂ ਸੀ, ਚੁਭੀ ਰਹੀ ਸੁਰਤ ਪੜਿਓ, ਚੁਭੀ ਰਹੀ ਸੁਰਤ ਕਿੰਨੀ ਕੁ ਚੁਭੀ ਸੀ, ਨਨਕਾਣੇ ਤੋਂ ਚੱਲੀ, ਕਿਸੇ ਨੇ ਭੂਤਨਾ ਆਖਿਆ, ਕਿਸੇ ਨੇ ਬਿਤਾਲਾ ਆਖਿਆ, ਕਿਸੇ ਨੇ ਪੱਥਰ ਮਾਰੇ, ਕਿਸੇ ਨੇ ਜੇਲ੍ਹ 'ਚ ਬੰਦ ਕੀਤਾ, ਕਿਸੇ ਨੇ ਗੁਰੂ ਪਰਮੇਸ਼ਰ ਆਖਿਆ, ਨਾ ਤੇ ਪਰਮੇਸ਼ਰ ਕਹਿਣ ਤੇ ਉਛਲੀ, ਨਾ ਭੂਤ ਨਾ ਕਹਿਣ ਤੇ ਡੋਲੀ, ਇੰਨੀ ਕੁ ਟਿਕੀ ਹੋਈ। ਹੋਰ ਅੱਗੇ ਗਈ, ਉਹਨੇ ਬਾਬਾ ਲਹਿਣਾ ਬਣ ਕੇ ਸਿੱਖੀ ਧਾਰਨ ਕੀਤੀ, ਅੱਜ ਅਸੀਂ ਗੁਰੂ ਸਾਹਿਬ ਵੱਲ ਪਿੱਠ ਕਰਕੇ ਖਲੋਨੇ, ਆ ਗੁਰੂ ਦੀ ਸੰਗਤ 'ਚ ਮੈਂ ਖੜਾ, ਮੈਨੂੰ ਭਲਾ ਕੀ ਖਤਰਾ ਕਿ ਮੇਰੇ ਮਗਰ 20 ਬੰਦੂਕਾਂ ਲੈ ਕੇ ਖਲੋਣ। ਇਹ ਕਿਹਨੂੰ ਵਿਖਾਉਂਦੇ ਆ, ਇਹਨਾਂ ਨੂੰ, ਆ ਜਿਹੜੇ ਸਾਹਮਣੇ ਬੈਠੇ ਇਹਨਾਂ ਨੂੰ ਦਿਖਾਵਾਂ ਮੈਂ, ਮੇਰੇ ਮਗਰ ਖੜੇ ਆ ਕਿਰਪਾਨਾ ਬੰਦੂਕਾਂ ਵਾਲੇ, ਉਹਨਾਂ ਦਾ ਮੂੰਹ ਮੇਰੇ ਵੱਲ ਹੈ, ਪਿੱਠ ਗੁਰੂ ਵੱਲ ਹੈ, ਗੱਲ ਅਸੀਂ ਗੁਰੂ ਸਾਹਿਬ ਦੀ ਕਰਦੇ। ਇਹਨੂੰ ਹਜ਼ਮ ਕਰ ਲਿਓ, ਬੜਾ ਔਖਾ ਕੰਮ ਹੋ ਸਕਦਾ ਹੈ, ਮੇਰੀ ਵੀ ਪੱਗ ਲਾ ਦੇਣ ਬਾਹਰ ਨਿਕਲ ਦੇ ਦੇ, ਹੋ ਸਕਦਾ ਹੈ ਕੁਛ ਵੀ ਵਾਪਰ ਸਕਦਾ ਹੈ। ਇੱਕ ਵਾਰ ਮਹਾਰਾਜ ਜੀ ਦੇ ਨਾਲ ਸਿੱਖ ਤੁਰਿਆ ਜਾਂਦਾ ਹੈ, ਪ੍ਰੋਟੋਕਾਲ
ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਸਿੱਖ ਤੁਰਿਆ ਜਾਂਦਾ ਹੈ, ਗਲਤੀ ਨਾਲ ਬਾਂਹ ਅੱਗੇ ਵੱਜ ਗਈ ਤੁਰਦੇ ਆ। ਸਿੱਖ ਨੇ ਬਾਂਹ ਬੰਨੀ ਹੋਈ ਆਪਣੀ ਇਹਦੇ ਨਾਲ ਕਮਰ ਮਸੇਰ ਦੇ ਨਾਲ, ਤੇ ਗੁਰੂ ਅਮਰਦਾਸ ਪੁੱਛਦੇ ਨੇ ਸਿੱਖਾ ਬਾਂਹ ਨੂੰ ਕੀ ਗੱਲ ਹੋ ਗਈ, ਠੀਕ ਹੈ? ਕਹਿੰਦਾ ਮਹਾਰਾਜ ਜੀ ਖਿਮਾ ਕਰਿਓ, ਮੈਂ ਤੁਹਾਡੇ ਨਾਲ ਤੁਰਿਆ ਜਾਂਦਾ ਸਾਂ, ਤੁਰਦਿਆਂ ਬਾਂਹ ਅੱਗੇ ਨਿਕਲ ਗਈ ਸੀ ਤੁਹਾਡੇ ਤੋਂ। ਇਹ ਨਿਕਲਣੀ ਨਹੀਂ ਜੀ ਚਾਹੀਦੀ, ਗੁਰੂ ਦਾ ਅਦਬ ਰੱਖਣਾ, ਗੁਰੂ ਦੇ ਹਜ਼ੂਰ ਉੱਚੀ ਸਾਹ ਨਹੀਂ ਲੈਣਾ, ਗੁਰੂ ਦੇ ਹਜ਼ੂਰ ਸੱਜੇ ਖੱਬੇ ਵਾਲੀਆਂ ਗੱਲਾਂ ਨਹੀਂ ਕਰਨੀਆਂ। ਗੁਰੂ ਦਾ ਅਦਬ ਹੈ, ਜਾਂ ਤੇ ਪ੍ਰਕਾਸ਼ ਨਾ ਕਰੀਏ, ਇਹਨੂੰ ਰੈਲੀ ਬਣਾ ਦਿਓ, ਜੋ ਮਰਜ਼ੀ ਕਰੋ, ਜੋ ਬੋਲਣਾ ਬੋਲੀ ਚੱਲੋ, ਮੈਂ ਨਹੀਂ ਕਿਸੇ ਨੂੰ ਕਹਿੰਦਾ। ਪਰ ਜੇ ਗੁਰੂ ਗ੍ਰੰਥ ਸਾਹਿਬ ਹਜ਼ੂਰ ਨੇ ਨਾ, ਫਿਰ ਬਾਦਲਾਂ ਨੂੰ ਗਾਲਾਂ ਨਾ ਕੱਢੋ, ਉਹ ਵੀ ਉਹੀ ਕਰਦੇ ਨੇ, ਆਪਾਂ ਵੀ ਉਹੀ ਕਰ ਰਹੇ। ਫਿਰ ਸੌਦੇ ਸਾਧਾਂ ਨੂੰ ਗਾਲਾਂ ਕਾਹਤੋਂ ਕੱਢ ਰਹੇ? ਬੇਅਦਬੀ ਤਾਂ ਆਪਾਂ ਵੀ ਕਰ ਦਿੱਤੀ ਮਹਾਰਾਜ ਜੀ। ਸੰਗਤ ਦੇ ਵਿੱਚ ਇਹ ਤਾਂ ਰੱਬ ਬੈਠਾ ਹੈ। ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਤੁਹਾਡੇ ਕੋਲੇ ਤਾਕਤ ਕਿਹੜੀ ਹੈ? ਕਹਿੰਦੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ ਤੁਸੀਂ ਖਾਲਸੇ ਬਣ ਗਏ ਹੋ, ਤੁਹਾਡੇ ਕੋਲ ਤਾਕਤ ਕਿਹੜੀ ਹੈ? ਕਹਿੰਦੇ ਇਨਹੀ ਕੀ ਕਿਰਪਾ ਕੀ, ਆ ਜਿਹੜੇ ਸਾਹਮਣੇ ਬੈਠੇ ਮੈਨੂੰ ਕਿਹਨੇ ਪੁੱਛਣਾ ਸੀ? ਪੰਥ ਜੀ ਤੁਹਾਡੇ ਕਰਕੇ ਤੁਹਾਡੇ ਚ ਖੜਾ, ਮੇਰੇ ਵਰਗੇ ਦੀ ਕੀ ਔਕਾਤ ਹੈ? ਪੰਥ ਵੱਡਾ ਹੈ। ਔਰ ਉਹ ਸੁਰਤ ਜਿਹੜੀ ਸੀ ਨਿਮਰਤਾ, ਮਿਠਾਸ, ਕੰਨਾਂ ਦੀ ਅਜਰ ਸ਼ਕਤੀ, ਸੰਤੋਖੀ ਤੇ ਦਾਨੀ ਸੁਭਾ, ਇਹ ਕਦੇ ਗੁਰੂ ਅਮਰਦਾਸ ਬਣੇ? ਗੱਲਾਂ ਤਾਂ ਅਕਬਰਾਂ ਨਾਲ ਵੀ ਹੋਈਆਂ। ਕੀ ਨਾਨਕ ਦੀ ਪਾਤਸ਼ਾਹੀ ਨੇ ਹਿੰਦੂਆਂ ਦਾ ਟੈਕਸ ਮਾਫ ਨਹੀਂ ਕਰਾਇਆ? ਭਾਈ ਜੇਠਾ ਜੀ ਗਏ ਸਨ, 23 ਸਾਲ ਦੀ ਉਮਰ ਸੀ ਮਹਾਰਾਜ ਜੀ ਦੀ ਉਸ ਵਕਤ, ਲੋਕਾਂ ਦੇ ਮਾਲੀਏ ਮਾਫ ਕਰਾਏ। ਜਿਹੜੀਆਂ ਧੀਆਂ ਨੂੰ ਸਾੜਿਆ ਜਾਂਦਾ ਸੀ, ਉਹਨਾਂ ਨੂੰ ਸਾੜਨ ਤੋਂ ਰੋਕਣ ਲਈ ਮਤਾ ਪਾਸ ਕਰਵਾਇਆ ਅਕਬਰ ਦੇ ਕੋਲ ਬਹਿ ਕੇ। ਸਾਹਮਣੇ ਇਹ ਪਾਤਸ਼ਾਹੀ ਬੈਠੀ ਹੋਈ ਹੈ, ਬਾਦਸ਼ਾਹੀ ਤੇ ਪੈਰਾਂ 'ਚ ਬੈਠੀ ਹੋਈ। ਔਰ ਉਦੋਂ ਬਾਅਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਬੈਠੇ, ਤੇਰਾ ਕੀਆ? ਪਰ ਸੁਰਤ ਟੁੱਟੀ, ਮਹਾਰਾਜ ਜੀ ਨੇ ਸ਼ਬਦ ਵੀ ਮਾੜੇ ਨਹੀਂ ਕਹਿ ਕਿਸੇ ਨੇ, ਬੜੇ ਸੰਕੋਚ ਵੇ ਸ਼ਬਦ ਸਨ। ਬਾਬਰਾਂ ਨਾਲ ਵੀ ਗੱਲਾਂ ਹੋਈਆਂ, ਸਿੱਧਾਂ ਨਾਲ ਹੋਈਆਂ, ਜੋਗੀਆਂ ਨਾਲ ਹੋਈਆਂ, ਮਹਾਰਾਜ ਜੀ ਨੇ ਆਪ ਸ਼ਬਦ ਕਿਤੇ ਨਹੀਂ ਵਰਤੇ। ਜਮਹੂਰੀਅਤ ਦਾ, ਲੋਕਤੰਤਰ ਦਾ, ਲੋਕ ਨੀਤੀ ਦਾ ਬੜਾ ਵੱਡਾ ਖਿਆਲ ਰੱਖਿਆ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰੀ ਦੇ ਮਾਲਕ ਨੇ, ਇਹ ਰਾਜਨੀਤੀ ਨਹੀਂ। ਮੈਂ ਫਿਰ ਬੇਨਤੀ ਕਰਦੇ ਹਾਂ, ਸਿੱਖ ਨੀਤੀਵਾਨ ਗੁਰੂ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਣੀ ਦਾ ਅਦਬ ਕਿੰਨਾ ਕਰਦੇ ਨੇ? ਕਹਿੰਦੇ ਜਪਜੀ ਸਾਹਿਬ ਸੁਣਾਉਣ ਵਾਲੇ ਨੂੰ ਮੈਂ ਗੁਰੂ ਨਾਨਕ ਦੇ ਘਰ ਦੀ ਗੱਦੀ ਦੇ ਦਿਆਂਗਾ। ਜਪਜੀ ਸਾਹਿਬ ਤੇ ਜਪਜੀ ਸਾਹਿਬ ਸਾਹਮਣੇ ਪ੍ਰਕਾਸ਼ਮਾਨ ਹੈ। ਜਦੋਂ ਕੱਖ ਨਹੀਂ ਸੀ ਜਪਜੀ ਸਾਹਿਬ ਸੀ, ਜਿੱਦਣ ਕੱਖ ਨਹੀਂ ਬਚਣਾ ਜਪਜੀ ਸਾਹਿਬ ਹੋਣਾ ਹੈ, ਤੇ ਫਿਰ ਅੱਜ ਸਾਨੂੰ ਭੈ ਜਪਜੀ ਸਾਹਿਬ ਦਾ ਰੱਖਣਾ ਚਾਹੀਦਾ। ਜਿਹੜੀ ਸਰਕਾਰ ਦੇ ਅਸੀਂ ਖਿਲਾਫ਼ ਬੋਲ ਰਹੇ, ਉਹ ਲਾ ਐਂਡ ਆਰਡਰ ਦੇ ਖਿਲਾਫ਼ ਨਹੀਂ ਜੇ ਬੋਲਦੇ ਉਹ ਬੰਦੇ।
ਜੱਜ ਤੋਂ ਲੈ ਕੇ ਹੇਠਲੇ ਬੰਦੇ ਤੱਕ ਉਹ ਲਾ ਐਂਡ ਆਰਡਰ ਦੇ ਖਿਲਾਫ ਨਹੀਂ ਜਾਂਦੇ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ, ਗੁਰੂ ਸਾਹਿਬ ਜੀ ਦੀ ਅਦਬ ਦਾ ਬਿਲਕੁਲ ਖਿਆਲ ਨਹੀਂ ਰੱਖ ਰਿਹਾ, ਗੁਰੂ ਕੀ ਸੰਗਤ ਦਾ ਖਿਆਲ ਨਹੀਂ ਰੱਖ ਰਿਹਾ। ਤੁਸੀਂ ਬੈਠੇ ਹੋ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਗੱਲ ਤੁਸੀਂ ਘੁਮਾ ਕੇ ਹੋਰ ਪਾਸੇ ਨੂੰ ਲਿਜਾ ਰਹੇ ਹੋ। ਵਿਸ਼ਾ ਕਿਹੜਾ ਸੀ ਤੁਹਾਡਾ? ਤੁਸੀਂ ਕਰਨ ਕੀ ਆਏ ਹੋ ਤੇ ਕਰ ਕੀ ਰਹੇ ਹੋ ਤੇ ਹੋਊਗਾ ਕੀ? ਇਹਦੇ ਨਾਲ ਪ੍ਰਬੰਧਕਾਂ ਦੀਆਂ ਵੀ ਚਗਾਠਾਂ ਖੜੀਆਂ ਹੋਣਗੀਆਂ ਤੇ ਸਾਡੀ ਦੁਨੀਆ ਤੇ ਦੁਰ ਦੁਰ ਹੋ। ਇਹ ਤਾਂ ਡਿਸਿਪਲਿਨ ਵਾਲੇ ਲੋਕ ਹੀ ਹੈ ਨੇ, ਡਿਸਿਪਲਿਨ ਕਿੱਧਰ ਗਿਆ ਇਹਨਾਂ ਦਾ? ਇੱਕ ਸਾਲ ਮੋਰਚਾ ਚੱਲਿਆ ਕਿਸਾਨ, ਔਰ ਉਹਦੇ ਵਿੱਚ ਕੋਈ ਹੁੱਲੜਬਾਜ਼ੀ ਹੋਈ? ਮਤਲਬ ਵੀ ਕੋਈ 27 ਮਹੀਨੇ ਮੈਨੂੰ ਬੈਠੇ ਨੂੰ ਹੋ ਗਏ, ਸ਼ਾਇਦ ਕੱਲਾ ਵੀ ਮੈਸੇਜ ਕਰਕੇ, ਕਿਉਂਕਿ ਗੱਲਾਂ ਚੁਭਦੀਆਂ ਨੇ। ਪਰ ਡਿਸਿਪਲਿਨ ਮਰਯਾਦਾ ਜਿਹੜਾ ਨਹੀਂ ਰੱਖ ਸਕਦਾ ਉਹ ਬੰਦੇ ਨਹੀਂ ਚਾਹੀਦੇ। ਇੱਕ ਬਿਨਾਂ ਅੰਮ੍ਰਿਤ ਤੋਂ ਕਹਿੰਦੇ ਨੇ ਮਨ ਸੱਚਾ ਹੋਣਾ ਚਾਹੀਦਾ ਹੈ, ਦੂਜਾ ਮੇਰੇ ਵਰਗਾ ਕਿਰਪਾਨ ਪਾ ਕੇ ਝੂਠ ਬੋਲੇ, ਇਹ ਦੋਵੇਂ ਨਹੀਂ ਚਾਹੀਦੇ। ਡਿਸਿਪਲਿਨ ਗੁਰੂ ਹਰ ਰਾਏ ਸਾਹਿਬ ਕਹਿੰਦੇ ਨੇ ਜਿਨ ਭੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ। ਉਹ ਸਾਡਾ ਸਿੱਖ ਨਹੀਂ ਜਿਹੜਾ ਬਾਣੀ ਦਾ ਅਦਬ ਨਹੀਂ ਕਰਦਾ, ਸ਼ਬਦ ਗੁਰੂ ਨੂੰ ਧਿਆਨ ਚ ਨਹੀਂ ਰੱਖਦਾ, ਉਹ ਸਾਡਾ ਕੁਛ ਨਹੀਂ ਲੱਗਦਾ। ਇਹ ਕਿਹਾ ਗਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਧਰਮ ਦੀ ਖਾਤਰ ਦੂਜਿਆਂ ਨੂੰ ਡਾਂਗ ਫੇਰਨ ਦੀ ਗੱਲ ਜਣਾ ਖਣਾ ਕਰ ਸਕਦਾ ਹੈ, ਪਰ ਕਿਸੇ ਦੇ ਧਰਮ ਨੂੰ ਬਚਾਉਣ ਦੀ ਖਾਤਰ ਕੋਈ ਸਿਰ ਦੇ ਸਕਦਾ ਹੈ ਨਾ, ਉਹ ਤੁਸੀਂ ਤੇ ਤੁਹਾਡਾ ਬਾਪੂ ਤੇਗ ਬਹਾਦਰ ਸਾਹਿਬ ਦੇ ਸਕਦਾ ਹੈ। ਇਹ ਕਿਸੇ ਦੂਸਰੇ ਦੇ ਵੱਸ ਦੀ ਗੱਲ ਨਹੀਂ। ਜਮਹੂਰੀਅਤ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 14 ਜੰਗਾਂ ਲੜ ਲਈਆਂ, ਗੁਰਮੁਖੋ ਪੁੱਤਰ ਸ਼ਹੀਦ ਹੋ ਗਏ, ਮਾਛੀਵਾੜੇ ਦੇ ਜੰਗਲਾਂ ਚੋਂ ਗੁਜ਼ਰ ਗਏ, ਪਰ ਖਿਆਲ ਕਰਿਓ ਕਿਤੇ ਵੀ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਸ਼ਬਦ ਗੁਰੂ ਤੋਂ ਸੁਰਤ ਟੁੱਟੀ ਨਹੀਂ। ਮਹਾਰਾਜ ਜੀ ਨੇ ਜਦੋਂ ਭਗਾਣੀ ਦੀ ਜੰਗ ਲੜੀ, ਜਿਹੜੇ ਹਰੀ ਚੰਦ ਨੇ ਤੀਰ ਚਲਾਏ ਸਨ ਉਹ ਬੁਖਲਾ ਗਿਆ ਸੀਗਾ, ਪਰ ਮਹਾਰਾਜ ਬੁਖਲਾਏ ਨਹੀਂ। 3 ਵਾਰ ਤੀਰ ਚੱਲਣ ਤੋਂ ਬਾਅਦ ਕਹਿੰਦੇ ਜਬੈ ਬਾਣ ਲੱਗਿਓ ਤਬੈ, ਰੋਸ ਜਾਗਿਆ ਪਰ ਗੁੱਸਾ ਨਹੀਂ ਆਇਆ, ਰੋਸ ਜਾਗਿਆ, ਔਰ ਉਹਦੇ ਰੋਸ ਦਾ ਤੀਰ ਦਾ ਜਵਾਬ ਤੀਰ ਵਿੱਚ ਦਿਆਂਗਾ। ਮਹਾਰਾਜ ਜੀ ਦੀ ਸੁਰਤ 'ਚ ਫਰਕ ਨਹੀਂ ਪਿਆ, ਸ਼ਬਦਾਂ 'ਚ ਫਰਕ ਨਹੀਂ ਪਿਆ, ਸਰੀਰ ਦੀ ਹਲਚਲ 'ਚ ਫਰਕ ਨਹੀਂ ਪਿਆ। ਐ ਸੁਰਤ ਦੇ ਨਾਲ ਜਦੋਂ ਨਿਸ਼ਾਨਾ ਸੋਧਿਆ ਤੇ ਫਿਰ ਉਹ ਸਾਧੇ ਹੋਏ ਨਿਸ਼ਾਨੇ 'ਚ ਹਰੀ ਚੰਦ ਮਾਰੇ, ਸੋ ਜੋਧਾ ਲਤਾਰੇ। ਤੇ ਅੱਜ ਮੈਂ ਬੇਨਤੀ ਕਰਦਾ ਹਾਂ ਕਲਗੀਧਰ ਪਿਤਾ ਦੇ ਖਾਲਸਾ ਪੰਥ ਦੇ ਵਾਰਸੋ, ਸ਼ੇਰ ਤੇ ਕੁੱਤੇ 'ਚ ਫਰਕ ਹੁੰਦਾ ਹੈ। ਸ਼ੇਰ ਜਿਹੜਾ ਨਾ ਉਹ ਵੱਜੀ ਹੋਈ ਚੀਜ਼ ਵੇਖਦਾ ਹੈ, ਆਈ ਕਿੱਥੋਂ, ਕੇਂਦਰਿਤ ਰਹਿੰਦਾ ਹੈ, ਪਰ ਜਦੋਂ ਕੁੱਤੇ ਨੂੰ ਕੋਈ ਚੀਜ਼ ਮਾਰ ਦਿਓ ਉਹਨੂੰ ਛੱਡ ਕੇ ਉਹ ਦੂਜੀ ਮਾਰ ਦਿਓ, ਦੂਜੀ ਮੂੰਹ 'ਚ ਪਾ ਲੈਂਦਾ ਹੈ, ਤੀਜੀ ਸੁੱਟ ਦਿਓ ਤੀਜੀ ਫੜ ਲੈਂਦਾ ਹੈ, ਬਸ ਉਹ ਨਿਸ਼ਾਨੇ ਤੋਂ ਭਟਕ ਕੇ ਸੱਜੇ ਖੱਬੇ ਭੱਜਣਾ ਸ਼ੁਰੂ ਕਰ ਦਿੰਦਾ ਹੈ, ਜਿਹਦੇ ਵਿੱਚ ਉਹਦੀ ਸਾਰੀ ਐਨਰਜੀ ਬਰਬਾਦ ਹੁੰਦੀ। ਅਸੀਂ ਸ਼ੇਰਾਂ ਦੇ ਪੁੱਤਰ, ਕੇਂਦਰਿਤ ਰਹਿਣਾ ਕਿੱਥੇ? ਅਸੀਂ 9 ਸਿੰਘਾਂ ਦੀ ਰਿਹਾਈ ਲਈ ਆਏ ਹੋਏ ਹਾਂ, ਕੇਂਦਰਿਤ ਰਹਿਣਾ।
ਅਸੀਂ ਨੌ ਸਿੰਘਾਂ ਦੀ ਅਰਦਾਸ ਲਈ ਆਏ ਹੋਏ ਹਾਂ। ਕਿਉਂ? ਉਹਨਾਂ ਦੀ ਕੁਰਬਾਨੀ ਕੀ ਹੈ? ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਹੁਣੇ ਜਿਹੜੇ ਜੇਲ੍ਹਾਂ 'ਚ ਗਏ ਸੀ ਗੁਰੂ ਗ੍ਰੰਥ ਸਾਹਿਬ ਜੀ ਕਰਕੇ, 328 ਸਰੂਪ ਚੋਰੀ ਵੇਚ ਦਿੱਤੇ, ਕਿੰਨਾ ਬਾਦਲਾਂ ਕੁਛ ਕਿਹਾ ਕੋਈ, 9,92,886 ਅੰਗ ਚੋਰੀ ਛਾਪੇ, ਕਿੰਨਾ ਬਾਦਲਾਂ ਲਿਆ ਨਾ ਕਿਸੇ ਨੇ, 9,82,700 ਰੁਪਈਆ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਆਹੀ ਤੇ ਕਾਗਜ਼ ਖਾ ਗਏ। ਇਹ ਨੀਲੀਆਂ ਪੱਗਾਂ ਵਾਲੇ ਮਸੰਦ ਦਰਬਾਰ ਸਾਹਿਬ 'ਚ ਬੈਠੇ ਹੋਏ, ਕੋਈ ਕੁਛ ਕਿਹਾ? ਇਹਨਾਂ ਦੀ ਵਾਹ ਨਹੀਂ ਗਈ, ਸ਼ਬਦ ਖਾ ਜਾਂਦੇ। ਸੈਂਕੜੇ ਸਰੂਪ ਪੱਗ ਦੀ ਭੇਟ ਚੜ ਗਏ, 10,00,000 ਫਰਮੇ ਪ੍ਰਾਈਵੇਟ ਬੰਦਿਆਂ ਕੋ ਚਲੇ ਗਏ। 27 ਮਹੀਨੇ ਸਾਡੇ ਤੋਂ ਪਹਿਲਾਂ ਸਿੱਖ ਸੰਗਤਾਂ ਨੇ ਮੋਰਚਾ ਲਾਇਆ, ਮੈਂ ਬੇਨਤੀ ਕਰਾਂ, ਅਸੀਂ ਮੋਰਚਾ ਨਹੀਂ ਲਾਇਆ, ਅਸੀਂ ਪੰਥਕ ਹੋਕਾ ਦੇ ਰਹੇ ਹਾਂ। ਮੋਰਚਾ ਸੰਗਤ ਨੇ ਲਾਇਆ ਸੀ, ਅਰਦਾਸ ਸੰਗਤ ਨੇ ਕੀਤੀ ਸੀ, ਉਸ ਕੀਤੀ ਹੋਈ ਅਰਦਾਸ ਨੂੰ ਸ਼੍ਰੋਮਣੀ ਕਮੇਟੀ ਦੀ ਗੁੰਡਾ ਬ੍ਰਿਗੇਡ ਨੇ ਤਾਰ ਪੀੜ ਕੀਤਾ, ਜਿਹਦਾ ਮੁੜ ਝੰਡਾ ਬੁਲੰਦ ਕਰਦੇ ਹਾਂ। ਅਸੀਂ 27 ਮਹੀਨਿਆਂ ਤੋਂ ਬੈਠੇ ਹੋਏ ਲੜ ਰਹੇ ਹਾਂ, ਭਜੇ ਨਹੀਂ, ਔਰ ਆਰ ਜਾਵਾਂਗੇ ਜਾਂ ਪਾਰ ਜਾਵਾਂਗੇ, ਅਸੀਂ ਉਹ ਨਹੀਂ ਜੋ ਹਾਰ ਜਾਵਾਂਗੇ। ਆ ਵੇਖੋ ਜੀ, ਕਿਸੇ ਦਾ ਪਿਸਤੌਲ ਵੀ ਨਿਕਲ ਗਿਆ ਜੇ ਤੇ ਫੋਨ ਵੀ ਨਿਕਲ ਗਿਆ, ਇਹ ਹੋ ਸੇਵਾ। ਹੁਣ ਉਹ ਕਹਿੰਦੇ ਪਿਸਤੌਲ ਵੀ ਕੋਈ ਕੱਢ ਕੇ ਲੈ ਗਿਆ ਤੇ ਮੋਬਾਈਲ ਵੀ ਲੈ ਗਿਆ, ਇਹ ਇਹ ਕੰਮ ਹੋ, ਇਹ ਖਾਲਸੇ ਦਾ ਕੰਮ ਤਾਂ ਹੋ ਨਹੀਂ ਸਕਦਾ। ਨਾ ਖਾਲਸਾ ਕਿਸੇ ਨੂੰ ਕੱਢਣ ਦਿੰਦਾ ਤੇ ਨਾ ਖਾਲਸਾ ਕਿਸੇ ਦਾ ਝੋਰੀ ਕੱਢ ਕੇ ਲਿਆਉਂਦਾ। ਇਹ ਹੁਣ ਤੁਸੀਂ ਆਪੇ ਹੀ ਹਿਸਾਬ ਲਾ ਲਿਓ, ਮੈਨੂੰ ਬਹੁਤਾ ਖੁਲਾਸਾ ਕਰਨ ਦੀ ਜ਼ਰੂਰਤ ਨਹੀਂ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਇਕਾਗਰਤਾ ਬਖਸ਼ਿਓ ਜੀ, ਇਕਾਗਰਤਾ ਬਖਸ਼ਿਓ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚੋਰੀ ਹੋਏ ਔਰ ਲਾ ਐਂਡ ਆਰਡਰ ਮੁਤਾਬਕ ਐਡਵੋਕੇਟ ਈਸ਼ਰ ਸਿੰਘ ਦੀ ਪੜਤਾਲੀਆ ਰਿਪੋਰਟ ਕਿੰਨੇ ਕਰਾਈ ਹੈ? ਅਕਾਲ ਤਖਤ ਦੀ ਸਕੱਤਰੇਤ ਨੇ ਕਿੰਨੇ ਕੀਤੀ ਹੈ? ਸ਼੍ਰੋਮਣੀ ਕਮੇਟੀ ਨੇ, ਉਹਦੇ ਵਿੱਚ ਇਹ ਸਾਰਾ ਕੁਝ ਮੰਨਿਆ ਗਿਆ। ਇਹ ਮੈਂ ਨਹੀਂ ਕਹਿ ਰਿਹਾ, ਮੈਂ ਪੜ੍ਹ ਕੇ ਸੁਣਾ ਰਿਹਾ। ਔਰ ਇਹ ਸਾਰਾ ਘਟਨਾ ਕਰਮ ਵਾਪਰਿਆ, ਇੱਥੇ ਬਸ ਨਹੀਂ, 1,000 ਸਰੂਪ ਚੈਨਾ 'ਚ ਛਪਦਾ, ਮੇਡ ਇਨ ਚੈਨਾ ਬਣਾਇਆ, ਛੇੜਛਾੜ ਹੋਈ, ਉਹਨੂੰ ਕਿੰਨੇ ਫੜਿਆ ਜੀ? ਜਥੇਦਾਰ ਹਵਾਰਾ ਕਮੇਟੀ 5 ਮੈਂਬਰੀ ਅਮਰੀਕਾ, ਭਾਈ ਸੁਖਵਿੰਦਰ ਸਿੰਘ ਨਾਗੋ ਕੇ ਮੇਰੇ ਪਿੱਛੇ ਖੜੇ, 1,000 ਸਰੂਪ ਫੜਿਆ ਜੀ। ਬੋਲਣਾ ਤਾਂ ਕੀ ਸੀ, ਉਲਟਾ ਅਕਾਲ ਤਖਤ ਦੇ ਬਨੌਤੀ ਕਰਮਚਾਰੀ ਲਾਏ ਹੋਏ ਜਥੇਦਾਰਾਂ ਨੇ ਉਹਨਾਂ ਨੂੰ ਛੱਡ ਦਿੱਤਾ ਜੀ, 7 ਦਿਨ ਕੀਰਤਨ ਸੁਣ ਲਓ, ਤੁਹਾਨੂੰ ਮਾਫੀ ਦਿੱਤੀ ਜਾਂਦੀ, ਤੁਸੀਂ ਜਾਓ। ਆ ਕੁਛ ਹੋਇਆ, ਹੁਣ ਤੁਸੀਂ ਫੈਸਲਾ ਕਰ ਲਿਓ, ਕਥਾ ਕੀਰਤਨ ਸਜਾ ਕੇ ਭਗਤੀ,
ਉਹ ਸਜ਼ਾ ਕਹਿ ਰਹੇ ਨੇ ਤੇ ਫਿਰ ਹੁਣ ਸੌਦੇ ਸਾਧਾਂ ਨੂੰ ਗਾਲਾਂ ਕਾਤੋਂ ਕੱਢ ਦਿਓ, ਉਹਨਾਂ ਨੂੰ ਵਿਆਸਾ ਦੀ ਵਾਰ ਸੁਣਾ ਦਿਓ ਕੱਲ ਤਖਤ। ਕਿਉਂ ਤਾਂ ਨਾਮ ਲੈ ਲੈ ਕੇ ਵਾਰ ਵਾਰ ਭੰਡ ਰਹੇ ਹੋ ਤੁਸੀਂ? ਫਿਰ ਉਹਨੂੰ ਵੀ ਕਹੋ ਪੰਜ ਦਿਨ ਭਾਂਡੇ ਮਾਂਜ ਉੱਥੇ ਆ ਕੇ, ਜੇ ਬਾਕੀਆਂ ਲਈ ਭਾਂਡੇ ਮਾਂਜਣੀ ਸਜ਼ਾ ਹੋ ਸਕਦੀ ਹੈ ਤੇ ਫਿਰ ਉਹਦੇ ਤੋਂ ਵੀ ਭਾਂਡੇ ਮਜਾ ਦਿਓ, ਕਾਹਦੇ ਤੋਂ ਆਪਾਂ ਬਖੇੜਾ ਖੜਾ ਕਰਦੇ।